कांड ਦੇ ਨਾਲ ਜੁੜਿਆ ਹੈ ਵੱਡਾ ਅਪਡੇਟ ਹੈ ਦਿੱਲੀ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਖੁਲਾਸੇ ਕੀਤੇ ਜਾ ਰਹੇ ਹਨ ਔਰ ਇਸ ਵਿੱਚ ਘਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੂਸੇਵਾਲੇ ਦੀ ਪਲ-ਪਲ ਦੀ ਖਬਰ ਇਸ ਗੈਂਗਸਟਰ ਨੂੰ ਦਿੱਤੀ ਜਾਂਦੀ ਸੀ ਜਦੋਂ ਸ਼ੂਟਰਸ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੰਦੇ ਨੇ ਤਾਂ ਗੋਲਡੀ ਬਰਾੜ ਨੂੰ ਫੋਨ ਲਗਾਇਆ ਜਾਂਦਾ ਹੈ ਔਰ ਕਹਿੰਦੇ ਨੇ ਕਿ ਤੇਰਾ ਕੰਮ ਹੋ ਗਿਆ ਸੀ ਮਾਰਤਾ ਮੂਸੇਵਾਲਾ ਯਾਨੀ ਕਿ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸਿਗੇ ਸਾਰੇ ਸ਼ੂਟਰਸ ਮੂਸੇ ਵਾਲਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲੇ ਗੋਲੀਆਂ ਚਲਾਉਣ ਤੋਂ ਪਹਿਲੇ ਵੀ ਗੋਲਡੀ ਬਰਾਰ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਸੀ ਔਰ ਜਿਸ ਤਰ੍ਹਾਂ ਇਹ ਗੋਲੀਆਂ ਚਲਾਈਆਂ ਗਈਆਂ ਜਦੋਂ ਉਹ ਫਰਾਰ ਹੋਏ ਮੌਕੇ ਤੋਂ ਤਾਂ ਉਸ ਵਿੱਚਕਾਰ ਨਾਲ ਹੀ ਗੋਲਡੀ ਬਰਾਰ ਨੂੰ ਫੋਨ ਕਰਕੇ ਦੱਸਿਆ ਕਿ ਅਸੀਂ ਮੂਸੇ ਵਾਲੇ ਨੂੰ ਮਾਰ ਦਿੱਤਾ ਹੈ ਹਾਲਾਂਕਿ ਲੋਰੈਂਸ ਬਿਸ਼ਨੋਈ ਨੇ ਵੀ ਇਸ ਗੱਲ ਦੇ ਬਾਰੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਗੈਂਗ ਨੇ ਕੀ ਕੀ ਪਲੈਨਿੰਗ ਕੀਤੀ ਸੀਗੀ ਕਿਉਂਕਿ ਮੇਰਾ ਇਸ ਦੇ ਵਿੱਚ ਸਿੱਧੇ ਤੌਰ ਤੇ ਹੱਥ ਨਹੀਂ ਹੈ ਪਰ ਮੇਰਾ ਗੈਂਗ ਨੇ ਜ਼ਰੂਰ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਹੋ ਸਕਦਾ ਹੈ ਤਾਂ ਕੈਨੇਡਾ ਦੇ ਵਿੱਚ ਬੈਠਾ ਗੈਂਗਸਟਰ ਗੋਲਦੀ ਬਰਾਜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋ ਗਿਆ ਹੈ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਮਹਿਜ਼ 3 ਘੰਟੇ ਬਾਅਦ ਫੇਸਬੁੱਕ ਤੇ ਪੋਸਟ ਪਾਈ ਜਾਂਦੀ ਔਰ ਇਸ ਕਤਲ ਦੀ ਜ਼ਿੰਮੇਵਾਰੀ ਵੀ ਚੱਕੀ ਜਾਂਦੀ ਹੈ ਤੇ ਸਾਰੇ ਸ਼ੂਟਰਸ 6 ਸ਼ੂਟਰਸ ਨੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਔਰ ਦਿੱਲੀ ਪੁਲਿਸ ਤੇ ਮੁਤਾਬਕ AK47 ਹਥਿਆਰ ਦੀ ਵਰਤੋਂ ਕੀਤੀ ਗਈ ਸੀ ਤਾਂ ਸਿੱਧੂ ਉਸੇ ਵਾਲੇ ਨੂੰ ਗੋਲੀਆਂ ਮਾਰਨ ਲਈ AK47 ਹਥਿਆਰ ਦੀ ਵਰਤੋਂ ਕੀਤੀ ਗਈ ਸੀ ਔਰ ਜੇਕਰ ਇਸ ਦੇ ਨਾਲ ਕੰਮ ਨਾ ਬੰਦਾ ਤਾਂ ਹੈਂਡ ਗ੍ਰੇਨੇਡ ਵੀ ਤਿਆਰ ਰੱਖੀ ਬੈਠੇ ਸੀਗੇ ਤਾਂ ਜਿਹੜੇ ਸ਼ੂਟਰਜ਼ ਨੂੰ ਪੁਲਿਸ ਨੇ ਫੜਿਆ ਉਹਨਾਂ ਕੋਲ ਹੈਂਡ ਗ੍ਰੇਨੇਡ ਵੀ ਬਰਾਮਦ ਹੋਇਆ ਔਰ ਇਸ ਦੇ ਨਾਲ ਹੀ ਹਰ ਪਲ ਦੀ ਖਬਰ ਗੋਲਡੀ ਬਰਾੜ ਨੂੰ ਫੋਨ ਰਾਹੀਂ ਦਿੱਤੀ ਜਾਂਦੀ ਸੀ ਤਾਂ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀਗੇ ਇਹ ਸਾਰੇ ਸ਼ੂਟਰਜ਼ 6 ਸ਼ੂਟਰਜ਼ ਨੇ 40 ਰਾਉਂਡ ਫਾਇਰ ਕਰਕੇ ਸਿੱਧੂ ਮੁਸੇਵਾਲੇ ਨੂੰ ਨੋ 3 ਮਈ ਨੂੰ ਗੋਲੀਆਂ ਦੇ ਘਾਟ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਔਰ ਉਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਅਪਡੇਟਸ سامنے ਆ ਰਹੇ ਨੇ ਲਾਰੈਂਸ ਬਿਸ਼ਨੋਈ ਤੋਂ ਜਿੱਥੇ ਪੁੱਛਿਆ ਚੋਈ ਔਰ ਦੌਰਾਨ ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਦੇ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਤਾਂ ਕੈਨੇਡਾ ਦੇ ਵਿੱਚ ਬੈਠਾ ਗੋਲਡੀ ਬਰਾੜ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਹਿਲੇ ਕਤਲ ਦੀ ਜ਼ਿੰਮੇਵਾਰੀ ਚੱਕੀ ਜਾਂਦੀ ਔਰ ਉਸ ਤੋਂ ਬਾਅਦ ਲਗਾਤਾਰ ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗੋਲਡੀ ਦੇ ਨਾਮ ਦਾ ਫੋਨ ਜਾ ਰਹੇ ਔਰ ਲੋਕਾਂ ਤੋਂ ਫਿਰੋਤੀ ਮੰਗੀ ਜਾ ਰਹੀ ਔਰ ਜੇਕਰ ਕੋਈ ਨਹੀਂ ਦਿੰਦਾ ਤਾਂ ਕਿਸੇ ਤੇ ਹਮਲਾ ਹੁੰਦਾ ਕਿਸੇ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਨਾਮ ਚਰਚਾ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਬੈਠਾ ਹੈ ਗੈਂਗਸਟਰ ਗੋਲਡੀ ਬਰਾੜ ਔਰ ਇਸ ਨੂੰ ਹਰ ਇੱਕ ਖਬਰ ਦਿੱਤੀ ਜਾਂਦੀ ਸੀ ਤਾਂ ਸ਼ੂਟਰਸ ਨੇ ਜਦੋਂ ਸਿੱਧੂ ਮੂਸੇਵਾਲੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਜਦੋਂ ਪੂਰੀ ਪਲੈਨਿੰਗ ਨੂੰ ਅੰਜਾਮ ਦੇਣ ਦਾ ਸਮਾਂ ਆ ਤਾਂ ਗੋਲਟੀ ਬਰਾੜ ਨੂੰ ਪਲ-ਪਲ ਦੀ ਖਬਰ ਦਿੱਤੀ ਜਾਂਦੀ ਸੀ ਔਰ ਜਿਸ ਵਕਤ ਸਿੱਧੂ ਮੂਸੇਵਾਲੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਦੋਂ ਗੋਲੀਆਂ ਚਲਾਈਆਂ ਗਈਆਂ ਜਦੋਂ ਮੌਕੇ ਤੋਂ ਨਿਕਲਦੇ ਨੇ ਇਹ ਸਾਰੇ ਸ਼ੂਟਰਸ ਦਾ ਗੈਂਗਸਟਰ ਗੋਲਟੀ ਬਰਾੜ ਨੂੰ ਫੋਨ ਕਰਕੇ ਦੱਸਦੇ ਨੇ ਕਿ ਤੇਰਾ ਕੰਮ ਹੋ ਗਿਆ ਅਸੀਂ ਮਾਰਤਾ ਮੂਸੇਵਾਲਾ ਲਗਾਤਾਰ ਸਿੱਧੂ ਮੂਸੇਵਾਲਾ ਕਤਲਕਾਰ ਨੂੰ ਲੈ ਕੇ ਨਵੀਆਂ ਅਪਡੇਟਸ ਸਾਹਮਣੇ ਆ ਰਹੀਆਂ ਨੇ ਜਿੱਥੇ ਪੁਲਿਸ ਨੇ ਵੀ ਖੁਲਾਸਾ ਕੀਤਾ ਕਿ 6 ਸ਼ੂਟਰ ਸੀਗੇ ਦੋ ਗੱਡੀਆਂ ਦੇ ਵਿੱਚ ਸਵਾਰ ਦੋ ਮੋਡਿਊਲਸ ਬਣਾਏ ਗਏ ਸੀਗੇ ਇੱਕ ਦੇ ਵਿੱਚ ਜਿਹੜੇ ਹੈੱਡ ਪ੍ਰੇਵਰਤ ਫੌਜੀ ਸੀ ਜੋ ਸੋਨੀਪੱਤ ਦਾ ਰੈਂਡ ਵਾਲਾ ਹੈ ਜਿਸ ਤੇ 25000 ਦਾ ਇਨਾਮ ਵੀ ਹਰਿਆਣਾ ਪੁਲਿਸ ਨੇ ਰੱਖਿਆ ਇੱਕ ਮੋਡਿਊਲ ਦਾ ਉਹ ਹੈੱਡ ਸੀ ਔਰ ਇੱਕ ਹੋਰ ਮੋਡਿਊਲ ਚਲਾਇਆ ਜਾ ਰਿਹਾ ਸੀਗਾ ਤਾਂ ਦੋ ਮੋਡਿਊਲਸ ਦੀ ਪੂਰੀ ਤਿਆਰੀ ਸੀਗੀ ਸਿੱਧੂ ਮੂਸੇਵਾਲੇ ਨੂੰ ਮੌਤ ਦੇ ਘਾਟ ਉਤਾਰਨ ਦੀ ਤਾਂ ਪਲੈਨਿੰਗ ਪਹਿਲੇ ਤੋਂ ਹੀ ਹੋ ਚੁੱਕੀ ਸੀ 9 ਵਾਰ ਤੋਂ ਵੱਧ ਸਿੱਧੂ ਮੂਸੇਵਾਲੇ ਦੀ ਰੈਕੀ ਕੀਤੀ ਗਈ ਸੀ ਗੱਡੀ ਦੀ ਵੀ ਰੈਕੀ ਹੋਈ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਬੁਲੇਟ ਪ੍ਰੂਫ ਗੱਡੀ ਤਿਆਰ ਕਰਵਾਈ ਗਈ ਹੈ ਤਾਂ ਉਸ ਤੋਂ ਬਾਅਦ ਹੁਣ ਅਜੀਹ ਖਬਰ ਵੀ ਸਾਹਮਣੇ ਆ ਰਹੀ ਹੈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਮੁਤਾਬਕ 골ਡੀ ਬਰਾੜ ਨੂੰ ਲਗਾਤਾਰ ਫੋਨ ਜਾ ਰਿਹਾ ਸੀ ਤਾਂ ਲਗਾਤਾਰ ਸਾਰੇ ਸ਼ੂਟਰਸ 골ਡੀ ਬਰਾੜ ਦੇ ਸੰਪਰਕ ਦੇ ਵਿੱਚ ਸਿਗੇ ਜਦੋਂ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਤਾਂ 골ਡੀ ਬਰਾੜ ਨੂੰ ਫੋਨ ਕਰਕੇ ਦੱਸਿਆ ਕਿ ਤੇਰਾ ਕੰਮ ਹੋ ਗਿਆ